ਬਣਾ ਦੇ ਰਹੇ ਕਹਿੰਦੇ ਆ ਹੋਟਲ ਇੱਥੇ ਬਣਾ ਲਵਾਂਗੇ ਤੁਸੀਂ ਦਿਨ ਨਹੀਂ ਆਵਾਂਗੇ ਤੇ ਪਾਪਾ ਕਹਿੰਦੇ ਕਿ ਉਰੇ ਬਣਾ ਲਈਏ ਉੱਥੇ ਨਹੀਂ ਜਾਣਾ ਪੂਰੇ ਬਣਾ ਲਵਾਂਗੇ ਮੈਂ ਤਾਂ ਮੁੰਡੇ ਪਟਿਆਲੇ ਜਾਂਦਾ ਕਿ ਜੇ ਕਿ ਆਪਾਂ ਜਦੋਂ ਪੰਤੂ ਦਾ ਤੁਹਾਨੂੰ ਦੋਸਤ ਕੀ ਕੌਣ ਕੋ ਕੌਣ ਕਿਰਦਾਂ ਹੁੰਦੀ Thank you.
ਪਤਾ ਨਹੀਂ ਮੈਂ ਬਾਜ਼ਾਰ ਗਿਆ ਪਿਆ ਸੀ ਮੇਰੇ ਭਾਈ ਨੇ ਫੋਨ ਕੀਤਾ ਕਹਿੰਦਾ ਮੈਂ ਚਾਚੂ ਨੂੰ ਮੰਮੀ ਨੂੰ ਮਾਰਤਾ ਕਾਹਦੇ ਨਾਲ ਲੜਦਾ ਜੀ ਆ ਜੀ ਕਾਹਦੇ ਵਾਸਤੇ ਮਾਰਿਆ ਬਸ ਲੜਦਾ ਰਹਿੰਦਾ ਸੀ ਉਹ ਬਸ ਧਮਕੀ ਨਾ ਕਹਿੰਦੇ ਮੰਮੀ ਨੂੰ ਮਾਰ ਦੂੰਗਾ ਇਹ ਕਰ ਦੂੰਗਾ ਉਹ ਕਰ ਦੂੰਗਾ ਜੀ ਮਾਰ ਕੇ ਚੱਲ ਮੇਰੇ ਚਾਚੂ ਸੰਜੀਵ ਕੁਮਾਰ ਕੀ ਮਾਰਿਆਗਾ ਇਹ ਜ਼ਹਿਰ ਤੇ ਚਾਕੂ ਖਵਾ ਗਿਆ ਅੱਛਾ ਚਾਕੂ ਮਾਰੀ ਹਾਂਜੀ ਜ਼ਹਿਰ ਮੂੰਹ ਚ ਜ਼ਹਿਰ ਪਾਤੀ ਅੱਛਾ ਹੁਣ ਕਿੱਥੇ ਆ ਭੱਜ ਗਿਆ ਹੁਣ ਤਾਂ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਬਾਰੇ ਮੇਰੇ ਭਾਈ ਨੇ ਫੋਨ ਕੀਤਾ ਮੈਂ ਬਾਜ਼ਾਰ ਸੀ ਨਾਲ ਦੇ ਨਾ ਘਰੇ ਆ ਗਿਆ ਅਸੀਂ ਤਾਂ ਚਾਹ ਚੱਲਦੇ ਬਸ ਹੋਰ ਕੁਛ ਨਹੀਂ ਹੁਣ ਗੱਲ ਕੀ ਹੈ ਚਾਚੂ ਦੇ ਕੰਮ ਆ ਰਿਹਾ ਬਸ ਐਂ ਲੜਦਾ ਰਹਿੰਦਾ ਸੀਗਾ ਚਾਹੇ ਕਹਿੰਦਾ ਸੀ ਕਿ ਵੀ ਤੇਰੀ ਮੰਮੀ ਕਿੱਥੇ ਕਿਸ ਨੇ ਗੱਲਾਂ ਮਾਰਦੀ ਹੈ ਹਾਂਜੀ ਬਸ ਇਹ ਐਂ ਕਹਿੰਦੇ ਝੂਠ ਬੋਲਦਾ ਰਹਿੰਦਾ ਸੀ ਮੇਰੀ ਮੰਮੀ ਨੂੰ ਮਾਰ ਕੇ ਭੱਜ ਗਿਆ ਬਸ ਡੈਡੀ ਕਰਦੇ ਤੁਹਾਡੇ ਡੈਡੀ ਪਟਿਆਲੇ ਜਾਂਦੇ ਨੇ ਕੱਪੜੇ ਦਾ ਕੰਮ ਕਰਦੇ ਆ ਜਦੋਂ ਤੁਸੀਂ ਇੱਥੇ ਸੀ ਹਾਂਜੀ ਮੈਂ ਤਾਂ ਉੱਪਰ ਸੀਗੀ ਮੈਂ ਸੈਰ ਕਰਨ ਜਾਂਦੀ ਹਾਂ ਰੋਜ਼ ਉੱਪਰ ਤੇ ਮੇਰਾ ਭਾਈ ਮੈਨੂੰ ਬੁਲਾਉਣ ਆਇਆ ਕਿ ਵੀ ਤੂੰ ਉੱਪਰ ਸੈਰ ਕਰੀ ਜਾ ਫੋਨ ਦੇਖੀ ਜਾ ਥੱਲੇ ਦੇਖ ਮੰਮੀ ਨੂੰ ਕੀ ਹੋ ਗਿਆ ਮੈਂ ਥੱਲੇ ਆ ਕੇ ਮੰਮੀ ਦੇਖਿਆ ਮੰਮੀ ਪੁੱਠੇ ਹੋਏ ਪਏ ਸੀ ਮੈਂ ਸਿੱਧੇ ਕੀਤਾ ਮੰਮੀ ਦੇ ਮੂੰਹ 'ਚ ਕੁਛ ਹੈਗਾ ਸੀਗਾ ਆਹ ਇਹ ਜਿਵੇਂ ਸਵਾਲ ਜੀ ਟਾਈਪ ਅਤੇ ਮੰਮੀ ਦੇ ਉਰੇ ਪਾਣੀ ਪਿਆ ਪਿਆ ਸਾਰਾ ਅਤੇ ਉਰੇ ਖੂਨ ਨਿਕਲ ਤੂੰ ਬਾਹਰ ਕੀ ਕੀਤਾ ਹੋਇਆ ਸੀ ਉਰੇ ਖੂਨ ਨਿਕਲ ਰਿਹਾ ਉਰੇ ਕੁਛ ਲੰਮਾ ਰਿਹਾ ਹੋਇਆ ਇੰਨਾ ਕਿੰਨਾ ਕਿ ਮਾਰ ਕਰੇ ਹੋਣ ਉਹ ਜਿਹੜਾ ਮੇਰੇ ਭਾਈ ਨੇ ਦੇਖਿਆ ਉਰੇ ਟੀਵੀ ਦੇਖ ਰਿਹਾ ਸੀ ਅਤੇ ਗਿਆ ਹੋਇਆ ਸੀ ਡੈਰੀ ਦੇ ਦੁੱਧ ਲੈਣ ਕਾਰਨ ਕੀ ਹੈ ਕਿਉਂ ਲੱਗਦਾ ਤੁਹਾਨੂੰ ਤੁਹਾਡਾ ਕੀ ਜਜਮੈਂਟ ਮੈਨੂੰ ਕੁਝ ਨਹੀਂ ਪਤਾ ਕਿਹਨੇ ਕਿਹਨੇ ਕਤਲ ਕੀਤਾ ਮੇਰੇ ਭਾਈ ਨੇ ਮੇਰੇ ਚਾਚੂ ਨੂੰ ਜਾਂਦੇ ਹੋਏ ਦੇਖਿਆ ਤੇ ਬਾਹਰੋਂ ਕੁੰਡਾ ਬੰਦ ਸੀਗਾ ਚਾਚਾ ਇੱਥੇ ਰਹਿੰਦਾ ਤੁਹਾਡਾ ਹਾਂਜੀ ਸਾਡੇ ਨਾਲ ਹੀ ਰਹਿੰਦੇ ਮੈਂ ਨਹੀਂ ਦੇਖਿਆ ਹੁਣ ਤੁਸੀਂ ਕੀ ਮਾ ਕਰਦੇ ਹੋ ਮੈਂ ਕਹਿੰਦੀ ਹਾਂ ਇਨਸਾਫ਼ ਹੋਵੇ ਸਾਡੇ ਘਰੇ ਥੋੜ੍ਹੀ ਦੇਰ ਪਹਿਲਾਂ ਵੀ ਲੜਾਈ ਹੋਈ ਸੀਗੀ ਉਦੋਂ ਸਾਰਾ ਮੱਲਾ ਸਾਡੇ ਘਰੇ ਸੀਗਾ ਉਹਨਾਂ ਤੋਂ ਪੁੱਛ ਲਓ ਕੀ ਹੋਇਆ ਹੁਣ ਕੋਈ ਨਹੀਂ ਆ ਰਿਹਾ ਉਦੋਂ ਸਾਰਿਆਂ ਨੇ ਤਮਾਸ਼ਾ ਦੇਖਿਆ ਉਹਦੀ ਮੇਰੀ ਬੁਆ ਨਹੀਂ ਮੈਂ ਆਪਣੀ ਬੁਆ ਉਹਨਾਂ ਨੂੰ ਫੋਨ ਕਰਤਾ ਮੈਨੇ ਕਿ ਵੀ ਤੁਸੀਂ ਆਓ ਉਦੋਂ ਸਾਰੇ ਸਾਡੇ ਤਮਾਸ਼ਾ ਦੇਖ ਰਹੇ ਸੀ ਹੁਣ ਸਾਡੇ ਕੋਲ ਕੋਈ ਨਹੀਂ ਆ ਰਿਹਾ ਲੜਾਈ ਕਿਸ ਗੱਲ ਤੋਂ ਹੋਈ ਸੀ ਜਿਹੜੀ ਚਾਰ ਦਿਨ ਪਹਿਲਾਂ ਲੜਾਈ ਹੋਈ ਆ ਕਿਸ ਗੱਲ ਤੋਂ ਹੋਈ ਸੀ ਮੇਰਾ ਨਾਮ ਜਗਦੀਸ਼ ਚੰਦਰ ਹੈ ਅਤੇ ਜਿਹੜੀ ਜਿਹੜੀ ਡੈਥ ਹੋਈ ਉਹ ਲੜਕੀ ਸੀ ਤੁਹਾਡੇ ਇਹ ਮੇਰੀ ਸਿਸਟਰ ਹੈ ਛੋਟੀ ਜੀ ਕੀ ਹੋਇਆ ਪਤਾ ਨਹੀਂ ਮੇਰੇ ਕੋਲ ਤਾਂ 8 ਵਜੇ ਕੁਛ ਮਿੰਟ 'ਤੇ ਮੇਰੇ ਭਾਣਜੇ ਦਾ ਫੋਨ ਆਇਆ ਛੋਟੇ ਦਾ ਕਹਿੰਦੇ ਮੰਮਾ ਜੀ ਜਲਦੀ ਆ ਜਾਓ ਮੰਮੀ ਨੂੰ ਕੁਛ ਹੋ ਗਿਆ ਬਈ ਮੰਮੀ ਦੇ ਪੇਟ 'ਚੋਂ ਨਾ ਖੂਨ ਨਿਕਲਿਆ ਪਿਆ ਮੈਂ ਕਿਹਾ ਕੀ ਕਰੋਗੇ ਕਹਿੰਦਾ ਮੈਨੂੰ ਪਤਾ ਨਹੀਂ ਜਲਦੀ ਆ ਜਾਓ ਬਸ ਉਹ ਤਾਂ ਰੋ ਰੋ ਕੇ ਬੁਰਾ ਹਾਲ ਕਰਕੇ ਉਹਨੇ ਤੁਸੀਂ ਆ ਕੇ ਭਾਅ ਜੀ ਕੀ ਦੇਖਿਆ ਉਹਦੇ ਪੇਟ ਦੇ ਵਿੱਚ ਕੋਈ ਤਿੱਖੀ ਚੀਜ਼ ਮਾਰੀ ਹੋਈ ਹੈ ਹਥਿਆਰ ਮਾਰਿਆ ਜਿਵੇਂ ਹਥਿਆਰ ਨਾਲ ਕੋਈ ਚੀਜ਼ ਪੇਟ 'ਚ ਵੱਜਿਆ ਚਾਕੂ ਹੈ ਜਾਂ ਕਿਸ ਚਾਕੂ ਪਤਾ ਨਹੀਂ ਇਹਦਾ ਪੁਸ਼ ਮੈਡਮ ਤੋਂ ਪਤਾ ਲੱਗੂਗਾ ਜੀ ਸਰਪਾਸ ਦੀ ਵੀ ਆ ਰਹੀ ਹੈ ਹਾਂ ਮੂੰਹ ਨੀਲਾ ਹੋਇਆ ਪਿਆ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਦੇਵੀਗੜ੍ਹ ਤੋਂ ਜੀ ਅਤੇ ਕੀ ਨਾਮ ਸੀ ਤੁਹਾਡੀ ਭੈਣ ਸੁਨੀਤਾ ਰਾਣੀ ਕਿੰਨੀ ਉਮਰ ਸੀ 43 ਸਾਲ 42-43 ਸਾਲ ਪਹਿਲਾਂ ਸ਼ੱਕ ਕੀ ਤੇ ਤੁਸੀਂ ਬਸ ਉਹਨੂੰ ਤਾਂ ਹੀ ਹੈ ਜੀ 100% ਜੀ ਬਾਕੀ ਵੱਡਾ ਮੁੰਡਾ ਤਾਂ ਖੜਿਆ ਸ਼ੌਕੀ ਉਰੀ ਖੜਿਆ ਉਹ ਛੋਟਾ ਹੀ ਫਰਾਰ ਹੈ ਅੱਛਾ ਹੈ ਕਿੱਥੇ ਸੋਨੂੰ ਪਤਾ ਹੀ ਨਹੀਂ ਜੀ ਕੁਛ ਕਿੱਥੇ ਗਿਆ ਸੋਨੂੰ ਨੇ ਕੀਤਾ ਇਹ ਕੰਮ ਸੋਨੂੰ ਨੇ ਕੀਤਾ ਜੀ 100% ਜੀ ਜਿਹੜਾ ਹੈ ਮੁਕਦਮ ਮੌਜੂਦ ਨਹੀਂ ਉਹਦੀ ਭਰਜਾਈ ਗੁਜ਼ਰ ਗਈ ਅਤੇ ਉਹ ਘਰ ਨਾ ਹੋਵੇ ਤਾਂ ਅਸੀਂ ਤਾਂ ਸ਼ੱਕ ਉੱਤੇ ਰੱਖਾਂਗੇ ਕੀ ਮੰਗ ਹਾਂਜੀ ਕੀ ਮੰਗ ਅਸੀਂ ਤਾਂ ਇਨਸਾਫ਼ ਚਾਹੁੰਦੇ ਹਾਂ ਜੀ ਅਸੀਂ ਤਾਂ ਇਨਸਾਫ਼ ਦੀ ਮੰਗ ਕਰਦੇ ਹਾਂ ਕਿਸ ਤਰ੍ਹਾਂ ਖੜੀ ਸੀ ਜੀ ਤੁਸੀਂ ਦੇਖਿਆ ਆ ਕੇ ਮੌਕੇ 'ਤੇ ਹਮੇਸ਼ਾ ਨਾਲ ਲੰਮੀ ਪਈ ਸੀ ਜੀ ਅਤੇ ਰੈੱਡ ਬੋਡੀ ਦੇ ਨਿਸ਼ਾਨ ਸੀ ਬਲੱਡ ਦੇ ਨਿਸ਼ਾਨ ਕੀ ਲੱਗਦਾ ਵੀ ਕਤਲ ਹੈਗਾ ਇਹਦੇ ਬਾਰੇ ਹਜੇ ਕੋਈ ਨਹੀਂ ਕਹਿ ਸਕਦੇ ਤਫਤੀਸ਼ ਜਾਰੀ ਆ ਸਾਡੇ ਕੋਲ 7:30 ਵਜੇ ਫੋਨ ਆਇਆ ਸੀ ਅਤੇ ਅਸੀਂ ਮੌਕੇ ਜਾ ਕੇ ਦੇਖਿਆ ਜੀ ਇਸ ਤੋਂ ਬਾਅਦ ਪਤਾ ਲੱਗੂਗਾ